मामला यह क्या सी जो बारिश पई है जो करके सेम नाल ओवरफ्लो हो गया अगे लाइनिंग लगी सी जी गट्टियां दी उहदा जिहड़े गट्टे उह स्लिप कर गए तां मामला सी करन कौर बराड़ दे ध्यान च वी लैंदा सी उन्होंने एक्सीजन ते डीसी साहब नूं इहदी जानकारी दित्ती तां उन्होंने गट्टे जिहड़े उत्ते होर लाते जिहड़े विच स्लिप कीते सी उह कढे नहीं गए ते इक हराजा दा जिहड़ा पाणी पैंदा आ के उहदे नाल बैग नूं पाणी जिहड़ा ओवरफ्लो मार गया इह ते खेतां च पाणी वड़ गया ते घरां च वी पाणी जाण दा खतरा मंगे कि जिहड़े गट्टिआं विच उह स्लिप कीते उह कढाए जाण तो साडा जिहड़ा पाणी है लिफ्ट कीते तो बगैर नहीं जा सकता गा असीं इहदी मंग इही कीती सी बीबी जी नूं वी ते डीसी साहब तों ही करदे आ कि साडी 10 किले पाइपलाइन जिहड़ी पा के दित्ती जावे ਪਿੰਡ ਜੀ 20 ਸਾਲ ਹੋ ਗਏ ਜਦੋਂ ਸਾਡੀ ਸੁਰਤ ਸੰਭਲੀ ਹੈ ਉਦੋਂ ਜੀ ਸੇਮ ਹੈ ਹਰੇਕ ਬੰਦੇ ਕੋਲ 20 ਕਿੱਲੇ ਜ਼ਮੀਨ ਹੈ ਖਾਣ ਨੂੰ ਕਿਸੇ ਦੇ ਦਾਣੇ ਨਹੀਂ ਹੁੰਦੇ ਕਣਕ ਬੀਜੀ ਦੀ ਨਹੀਂ ਇੱਥੇ 300 ਕਿੱਲੇ 'ਚ ਘੱਟੋ ਘੱਟ ਇੱਕ ਰਾਜਾ ਦਾ ਪਾਣੀ ਜਿਹੜਾ ਉਹ ਪਿੰਡ ਨੂੰ ਬੈਗ ਮਾਰੀ ਜਾਂਦਾ ਗੱਟੇ ਲਾਏ ਹੁਣ ਇੱਕ ਕਰੋੜ ਰੁਪਈਆ ਲਾ ਕੇ ਸਾਨੂੰ ਇੱਕ ਡੱਕੇ ਦਾ ਫਾਇਦਾ ਨਹੀਂ ਜੀ ਅਸੀਂ ਪਹਿਲਾਂ ਵੀ ਪਾਈਪ ਲਾਈਨ ਦੀ ਮੰਗ ਕਰਦੇ ਸੀ ਹੁਣ ਵੀ ਇਹੀ ਮੰਗ ਹੈ ਵੀ ਸਾਡਾ ਪਾਣੀ ਲਿਫਟ ਬਿਨਾਂ ਨਹੀਂ ਜਾ ਸਕਦਾ ਕਿਸੇ ਹਿਸਾਬ ਨਾਲ ਸਾਡਾ 300 ਏਕੜ ਦਾ ਨੁਕਸਾਨ ਹੈ ਘੱਟ ਤੋਂ ਘੱਟ ਅਤੇ ਹੁਣ ਘਰਾਂ 'ਚ ਵੀ ਪਾਣੀ ਬਣਨ ਦਾ ਡਰ ਹੈ ਹੁਣ ਹੋਰ ਬਾਰਿਸ਼ ਹੁੰਦੀ ਹੈ ਪ੍ਰਸ਼ਾਸਨ ਨੂੰ ਇਸ ਸੰਬੰਧੀ ਮਿਲਿਓ ਪਹਿਲਾਂ ਤੁਸੀਂ ਹਾਂਜੀ ਸਾਡੀ ਕਰਨ ਕਰ ਨਾ ਵੀ ਗੱਲ ਹੋਈ ਸੀ ਅਤੇ ਡੀਸੀ ਸਾਹਿਬ ਦੇ ਵੀ ਧਿਆਨ 'ਚ ਉਹਨਾਂ ਨੇ ਲਿਆਂਦਾ ਸੀ ਮਾਮਲਾ ਇਹ ਭਰੋਸਾ ਉਹਨਾਂ ਦੇ ਗੱਟੇ ਆਖਦੇ ਹੀ ਅਗੇ ਬਾਹਰ ਕਢਾ ਦਿੰਦੇ ਉਹਨਾਂ ਨੇ ਉਸ ਤਰ੍ਹਾਂ ਹੀ ਦੂਰੀ ਯਾਰ ਜਪ ਤਪ ਫੇਰ ਕਰ ਗਏ ਮੰਗ ਕੀ ਹੈਗੀ ਤੁਹਾਡੀ ਮੰਗ ਹੁਣ ਸਾਡੀ ਇਹੀ ਹੈ ਪਾਣੀ ਸਾਡਾ ਲਿਫਟ ਬਿਨਾਂ ਨਹੀਂ ਜਾਂਦਾ ਸੀ ਬਹੁਤ ਧੱਕੇ ਖਾ ਕੇ ਵੇਖ ਲਏ ਆਪ ਵੀ ਪਟਾਈ ਕਰਕੇ ਵੇਖ ਲਈ ਆਪਦੇ ਪੱਲਿਓਂ ਪੈਸੇ ਲਾ ਕੇ ਵੀ ਮਾਮਲਾ ਕੀ ਹੈ ਜੀ ਪਾਣੀ ਦਾ ਹੀ ਮਾਮਲਾ 18-20 ਸਾਲ ਹੋ ਗਏ ਸੇਮ ਨਾਲ ਨਿਕਲੇ ਨੂੰ ਅਤੇ ਓਵਰਫਲੋ ਮਾਰਦਾ ਸੈਟਿੰਗ ਸਹੀ ਨਹੀਂ ਇਹਦੀ ਮੂਹਰੋਂ ਉੱਚਾ ਇੱਥੋਂ ਪਾਣੀ ਬੈਗ ਮਾਰੀ ਜਾਂਦਾ ਇੱਕ ਹਰਾਜਾਂ ਦਾ ਜਿਹੜਾ ਪਾਣੀ ਉਹ ਵਾਹਣਾਂ 'ਚ ਵੜੀ ਜਾਂਦਾ ਆ ਮੰਗ ਕੀ ਹੈ ਜੀ ਪਾਣੀ ਦੀ ਸਹੀ ਸਪਲਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਨੂੰ ਸੱਦ ਕੇ ਇੱਥੇ ਵਿਖਾਇਆ ਜਾਵੇ ਕਣਕਾਂ ਸਾਡੇ ਹੁੰਦੀਆਂ ਨਹੀਂ ਹੁਣ ਮੇਰਾ ਧਿਆਨ ਮੈਂ ਆਇਆ ਹੈ ਇਮੀਡੀਏਟਲੀ ਮੈਂ ਆਫੀਸਰ ਕਾ ਟੀਮ ਲਾ ਕੇ ਚੈੱਕ ਕਰਾਊਂਗਾ ਕੋਈ ਇੱਦਾਂ ਹੈ ਤੋ ਡੈਫੀਨੇਟਲੀ ਅਸੀਂ ਡੀਵਾਟਰਿੰਗ ਦਾ ਸਾਡੇ ਪਾਸ ਇੰਤਜ਼ਾਮ ਹੈ ਇਮੀਡੀਏਟਲੀ ਕਰਕੇ ਇੰਤਜ਼ਾਮ ਕਰਵਾ ਕੇ ਡੀਵਾਟਰ ਵੀ ਕਰ ਸਕਦੇ ਹਾਂ ਸਰ ਪਿੰਡ ਵਾਸੀਆਂ ਦੀ ਮੰਗ ਹੈ ਜਿਹੜਾ ਦੀ ਸਪਲਾਈ ਹੈ ਪਾਈਪਲਾਈਨ ਪਾਈ ਜਾਵੇ ਜੀ ਉਹ ਤੋਂ ਕੇਸ ਪਹਿਲਾਂ ਤੋਂ ਕਿੰਨੀ ਪਾਣੀ ਹੈ ਤੋ ਪਹਿਲਾਂ ਡੀਵਾਟਰਿੰਗ ਹੋਣਾ ਚਾਹੀਦਾ ਹੈ ਪਾਈਪਲਾਈਨ ਪਾਉਣਾ ਤੋਂ ਉਸ ਟੀਮ ਨੇ ਡਰੇਨੇਜ ਮਹਿਕਮਾ ਨੇ ਆ ਕੇ ਸਾਰਾ ਕੁਝ ਸਟੱਡੀ ਕਰਕੇ ਫਿਜ਼ੀਬਿਲਟੀ ਹੈ ਤੋ ਫਿਰ ਜ਼ਰੂਰ ਕੇਸ ਸਰਕਾਰ ਕੇ ਪਾਸ ਭੇਜਣਾ